ਭਾਂਡੇ ਮਾਂਜਾਂ ਢੇਰ ਲੱਗਿਆ ਪਿਆ, ਦਾਲ ਦਪਾ ਵਾਲੀ ਛੱਡ ਕੇ ਬਹੁਵੀਟ ਜਾਂਦੀ ਹੈ, ਤੜਕੇ ਮਾਂਜ ਕੇ ਮੋਟੇ ਮੋਟੇ ਚਾਹ ਲਏ, ਬੇਬੇ ਨੂੰ ਐਂ ਦਿਖਾ ਦਿੰਦੀ ਵੀ ਮੈਂ ਭਾਂਡੇ ਮਾਂਜਦੇ, ਭਾਂਡੇ ਤਾਂ ਆਹ ਮਾਂਜਣ ਵਾਲੇ ਹੁੰਦੇ ਨੇ। ਦਵਿੰਦਰ ਕੀ ਕਹੀ ਜਾਂਦੀ ਹੈ, ਕੀ ਗੁਣਗੁਣ ਜੇ ਕਰੀ ਜਾਂਦੀ ਹੈ? ਕੀ ਕਹਿਣਾ ਸੀ ਬੇਬੇ, ਤੈਂ ਕਿਹੜਾ ਮੈਨੂੰ ਸਮਝਣਾ, ਤੈਂ ਤਾਂ ਮੈਨੂੰ ਇਹੀ ਗੱਲ ਕਹਿਣੀ ਹੈ ਚੱਲ ਕੋਈ ਨਾ ਤੂੰ ਸਿਆਣੀ ਹੈ, ਪਰ ਮੇਰੀ ਗੱਲ ਤਾਂ ਕੋਈ ਸੁਣਨੀ ਹੀ ਨਹੀਂ ਗੀ। ਵਿਆਹ ਕੱਟੀ ਜੀ ਰਹੇਗੀ, ਕੱਟੀ ਜੀ ਨੂੰ ਪਾ ਕੇ ਕੱਖ ਕਰਾਂ ਜਾਵਾਂ ਮੈਂ, ਇਤਨੇ ਜਾਂਦੀ ਨੂੰ ਭਾਂਡੇ ਮਾਂਜ ਦੂਗੀ, ਉਹ ਬਾਹਲੀ ਚਲਾਂ ਕਹਾਉਂਦੀ ਆਪਦੇ ਆਪ ਨੂੰ ਸਿਆਰ ਕਹਾਉਂਦੀ ਆ, ਉਹ ਵੀ ਮਾਈਆਂ ਜੋ ਕੁਛ ਹੈਗੀਆਂ ਇਤਨੇ। ਚੱਲ ਆਪਣਾ ਤਾਂ ਕੰਮ ਨਿਬੜਿਆ, ਮੱਝਾਂ ਦਾ ਬਾਲਾ ਤੰਗ ਕਰਦੀਆਂ ਨੇ, ਖਿੱਚ ਕੇ ਲੈ ਜਾਂਦੀਆਂ ਨੇ, ਇਹਨਾਂ ਨੂੰ ਕੀ ਪਤਾ ਕਰਤੇ, ਇਹ ਤਾਂ ਬੇਜ਼ਬਾਨ ਨੇਗੀਆਂ, ਹੁਣ ਸਮਝ ਤਾਂ ਪੈਣਗੇ ਹੀ, ਬੇਜ਼ਬਾਨ ਤਾਂ ਹੈਗੀਆਂ ਨੇ, ਫਿਰ ਮੈਂ ਵੀ ਕੀ ਕਰਾਂ, ਸਾਰਾ ਦਿਨ ਇਹਨਾਂ ਨੂੰ ਮੇਥੋਂ ਨਹੀਂ ਲੋਟ ਆਉਂਦੇ ਹੈਗੇ ਇਹ, ਫਿਰ ਕੁਛ ਨਹੀਂ ਹੁੰਦਾ ਪੁੱਤ, ਰਲ ਮਿਲ ਕੇ ਸਾਂਭ ਲਿਆ ਕਰੋ ਦੋਹੀ ਜਣੀਆਂ। ਫਿਰ ਕੁਲਵਿੰਦਰ ਤਾਂ ਆਪ ਮਾੜੀ ਮਾੜੀ ਗੱਲ ਦਾ ਸਰੀਕਾ ਜਿਹਾ ਕਰੀ ਜਾਂਦੀ ਰਹਿੰਦੀ ਹੈਗੀ ਮੇਰੇ ਨਾਲ, ਕੁਛ ਨਹੀਂ ਕਹਿੰਦੀ ਉਹ ਵੀ, ਕੋਈ ਨਾ ਤੇਰੀ ਭੈਣ ਹੈ ਵੱਡੀ, ਚੰਗਾ ਭੈਣ ਤਾਂ ਹੈਗੀ ਹੈ, ਮੈਂ ਸਮਝਦੀ ਹਾਂ ਉਹ ਗੱਲ ਨੂੰ ਤਾਂ ਬੇਬੇ। ਹਾਂ ਦੇਖ ਲਾ ਬੇਬੇ ਵੀ ਐਂ ਗੱਲਾਂ ਸੁਣਦੀ ਹੈ, ਕਿਵੇਂ ਕੋਈ ਉਹ ਲੋਲੇ ਹੀ ਕੰਮ ਕਰਦੀ ਹੁੰਦੀ ਹੈ, ਆਹ ਮੇਰਾ ਤਾਂ ਯਾਦ ਹੀ ਨਹੀਂ ਵੀ ਇੰਨੀ ਆਹ ਚਾਗਲ ਮਾਂਜ ਕੇ ਹਟੀ ਹੈਗੀ, ਹੈਂ ਅਤੇ ਫਿਰ ਕੀ ਹੋ ਗਿਆ ਜੇ ਮੈਂ ਸੰਦੋਖ ਖੋਲ੍ਹ ਕੇ ਬੰਨੇ ਆਈ, ਐਂ ਬੈਠੀ ਉਹਦੇ ਕੋਲ ਵੀ, ਇਹ ਤਾਂ ਇਹੀ ਕੰਮ ਕਰਦੀ ਹੈ, ਮੇਰਾ ਤਾਂ ਮੇਰੇ ਕਹਿੰਦੇ ਤਾਂ ਝਾਕਦੀ ਹੋਈ ਨਹੀਂ ਹੈਗੀ ਵੀ ਕਿਵੇਂ ਬਦੀਨ ਹੁੰਦੀ ਫਿਰਦੀ ਹੈ ਜਾਂ ਕੀ ਕਰਦੀ, ਸਾਰਾ ਦਿਨ ਉਸੇ ਦੀ ਵਡਿਆਈਆਂ ਉਸੇ ਦੀ ਲੋਟ ਆਉਂਦੀਆਂ ਹੈਗੀਆਂ। ਬੇਬੇ ਕੁਲਵਿੰਦਰ ਕੀ ਕਰੀ ਜਾਂਦੀ ਉਹ ਗੁਣ ਗੁਣ ਜੀ? ਕੁਛ ਨਹੀਂ ਕਹਿੰਦੀ ਪੁੱਤ, ਉਹ ਤੈਨੂੰ ਕੁਛ ਨਹੀਂ ਕਹਿੰਦੀ ਹੈਗੀ, ਉਹ ਤਾਂ ਕੰਮ ਕਰੀ ਜਾਂਦੀ ਹੈਗੀ, ਉਹ ਤਾਂ ਤੇਰੀ ਵੱਡੀ ਭੈਣ ਹੈ, ਉਹ ਤਾਂ ਤੈਨੂੰ ਬਹੁਤ ਪਿਆਰ ਕਰਦੀ ਹੈ ਪੁੱਤ, ਪਿਆਰ ਕਰਦੀ ਹੈ, ਤੈਨੂੰ ਨਹੀਂ ਪਤਾ ਪਿਆਰ ਕਰਦੀ ਹੈ ਕਿ ਨਾ ਕਰਦੀ ਹੈ, ਉਹ ਤਾਂ ਬਹੁਤ ਬਹਿਬਤਾਂ ਕਰਦੀ ਹੈ ਮੇਰੇ ਨਾਲ, ਉੱਥੇ ਹੁਣ ਬੈਠੀ ਐਂ ਕਹਿੰਦੀ ਹੋਊਗੀ ਵੀ ਜਾਂ ਐਂ ਨਹੀਂ ਕਰਿਆ ਨੇ, ਉਹ ਨਹੀਂ ਕਰਿਆ ਨੇ, ਗੁਆਚਾਂ ਕੱਢਣੀਆਂ ਨੇ, ਬਸ ਕੱਢੀ ਜਾਂਦੀ ਹੈ ਬੈਠੀ। ਚਾਹ ਬਣਾ ਲੈ ਪੁੱਤ। ਬੇਬੇ ਹੁਣ ਤਾਂ ਮੈਂ ਭਾਂਡੇ ਮਾਂਜ ਕੇ ਹਟੀ ਹਾਂ, ਹੈ ਹੁਣ ਤੁਸੀਂ ਮੈਨੂੰ ਚਾਹ ਨੂੰ ਆਰਡਰ ਕਰਤਾ ਅਤੇ ਇਹਨੂੰ ਤੁਸੀਂ ਕੋਲੇ ਬਾਹਰ ਰੱਖਿਆ ਗਾ, ਇਹਦੇ ਨਾਲ ਦੀ ਮੈਂ ਉੱਠੀ ਹਾਂ, ਮੈਂ ਨਹੀਂ ਥੱਕੀ ਹੈਗੀ, ਮੈਥੋਂ ਨਹੀਂ ਬਣਦੀ ਹੈਗੀ ਚਾਹ, ਥੱਕੀ ਹੋਈ ਦਾ ਪੁੱਤ ਮੈਨੂੰ ਵੀ ਪਤਾ ਕਿ ਥੱਕੀ ਹੋਈ ਹੈ, ਕੋਈ ਨਾ ਤੇਰੀ ਛੋਟੀ ਭੈਣ ਹੈਗੀ, ਇਹ ਵੀ ਰੌਲਾ ਨਾ ਵਾ, ਚੱਲ ਮੈਂ ਬਣਾ ਲੈਣੀ ਹੈਗੀ ਚਾਹ। ਹਾਂ ਬਣਾ ਲਓ ਜਾ, ਪੀ ਲਓ ਪੀ ਲਓ ਉਹਦੇ ਵਾਲੀ ਚਾਹ, ਹੁਣ ਬਣਾ ਕੇ ਨਹੀਂ ਦਿੱਤੀ ਉਹਨੇ ਚਾਹ, ਬਾਹਲੀ ਸਿਫਤਾਂ ਜੀਆਂ ਕਰ ਦਿੱਤੀ ਉਹਦੀਆਂ। ਨਾ ਮੈਂ ਤਾਂ ਨਹੀਂ ਬਣਾਈ, ਤੂੰ ਬਣਾ ਕੇ ਦੇ ਦੇ, ਬੈਠੀ ਹੈ ਪ੍ਰਧਾਨ, ਕਿਉਂ ਬਣਾ ਲੈ ਤੂੰ ਮੱਝਾਂ ਸਾਂਭ ਲੈ, ਸਿੱਧੀ ਹੋ ਕੇ ਮੈਂ ਮੱਝਾਂ ਨੂੰ ਸਾਂਭਦੀ ਸਾਰਾ ਦਿਨ। ਕਿਉਂ ਬੋਲੀ ਜਾਂਦੀ ਹੋ, ਚਾਹ ਮੈਂ ਬਣਾ ਲਈ, ਬਣਾ ਕੇ ਆਉਣੀ ਹੋ ਤੁਹਾਡੇ ਕੋਲ, ਤੁਹਾਨੂੰ ਮੈਂ ਲਿਆ ਕੇ ਦਿੰਦੀ ਹਾਂ ਗਲਾਸ, ਬੋਲਿਆ ਨਾ ਕਰੋ, ਚੰਗਾ ਪੁੱਤ ਬਣਾ ਲੈ, ਫਿਰ ਬਣਾ ਲਿਆ, ਫਿਰ ਮੈਨੂੰ ਕੀ ਕਹਿੰਦੀ ਹੈਗੀ, ਹਜੇ ਉਹਦੀਆਂ ਬੜਿਆਈਆਂ ਕਰਦੀ ਰਹਿੰਦੀ ਹੈ ਸਾਰਾ ਦਿਨ, ਲੜਿਆ ਨਾ ਕਰੋ ਪੁੱਤ। ਬੇਬੇ ਕਰੀ ਜਾਂਦੀ ਹੈ ਚਾਹ ਬਣਾਉਣੀ ਹੈ ਪੁੱਤ। ਬੇਬੇ ਤੇਰੇ ਦੋ ਦੋ ਤੇਰੇ ਨੂੰ ਹਾਂ, ਤੂੰ ਕਿਉਂ ਪੰਗੇ ਕਰਦੀ ਹੁੰਦੀ ਹੈ, ਆਪੇ ਬਣਾਈ ਜਾਣਗੀਆਂ। ਚੱਲ ਕੋਈ ਨਾ ਪੁੱਤ, ਫਿਰ ਕੀ ਹੋ ਗਿਆ? ਉਹ ਬੇਬੇ ਕੋਈ ਨਾ ਨਹੀਂ, ਇਹ 'ਚ ਪਤਾ ਕੀ ਹੈ, ਤੂੰ ਫਿਰ ਇੱਥੇ ਚੁੱਲ੍ਹੇ ਜਾ ਕੇ ਬਹਿ ਜਾਣੀ, ਉਹ ਪਿੱਛੇ ਹਟ ਜਾਂਦੀ ਹੈ, ਬੇਬੇ ਆਪੇ ਕਰੂ। ਥੱਕੀਆਂ ਹੋਈਆਂ ਨੇ ਸਵੇਰ ਦੀ, ਫਿਰ ਕੀ ਹੋ ਗਿਆ ਪੁੱਤ? ਇਹ ਥੱਕੀਆਂ ਤਾਂ ਭਾਵੇਂ ਹੈਗੀਆਂ ਨੇ, ਤੂੰ ਇਹ ਮਹੀਨੇ ਵਿੱਚ ਬੜਾ ਕਰਾ, ਸੇਵਾ ਕਰਾ ਲੈ ਬਹਿ ਕੇ ਬੇਬੇ ਤੂੰ। ਚੱਲ ਕੋਈ ਨਾ ਪੁੱਤ, ਹੋਰ ਹੁਣ ਜੇ ਤੂੰ ਮੂਹਰੇ ਲੱਗ ਕੇ ਕੰਮ ਕਰ ਲੱਗ ਜਾਂਦੀ, ਉਹ ਪਿੱਛੇ ਹਟ ਜਾਂਦੀ, ਬੇਬੇ ਆਪੇ ਕਰੂਗੀ, ਫਿਰ ਉਹੀ ਸੁਭਾਅ ਪੈ ਜਾਂਦਾ, ਫਿਰ ਤੁਸੀਂ ਕਹਿੰਦੇ ਨੂੰ ਮੈਨੂੰ ਸਾਡੀ ਸੇਵਾ ਨਹੀਂ ਕਰਦੀਆਂ। ਸੇਵਾ ਤਾਂ ਹੋਈ ਖੜੀ ਹੈਗੀ। ਬੇਬੇ ਚਾਹ ਬਣਾਈ ਜਾਂਦੀ ਹੈ, ਇੱਕ ਇੱਧਰਾਂ ਫੋਨ ਲਈ ਬੈਠੀ ਹੈ, ਦੂਜੀ ਪਤਾ ਨਹੀਂ ਕਿੱਥੇ ਹੈਗੀ। ਲੈ ਹੁਣ ਬਾਈ ਵੀ ਮੇਰੇ 'ਤੇ ਲੱਗਣ ਲੱਗ ਗਿਆ, ਉਹ ਭੈਣ ਤਾਂ ਲੱਗਦੀ ਸੀ, ਹੁਣ ਬਾਈ ਵੀ ਲੱਗ ਗਿਆ ਨਾਲ ਹੀ, ਵਿੱਚ ਹੀ ਮੈਨੂੰ ਲੱਗਦਾ ਇਹ ਲੱਗ ਗਿਆ, ਇੱਕ ਹੀ ਗੱਲਾਂ ਨੇ ਗਿੱਦੜ ਵਿਗਾੜਾਂ ਦੀਆਂ। ਵੀਰ ਭਾਈ ਚਾਹ ਪੀ ਲਓ, ਪਹਿਲਾਂ ਮੰਜੇ ਸਾਂਝ ਕਰੀਏ।
ਆ ਜਾ ਬੇਬੇ ਕਰ ਲੈ। ਬੇਬੇ ਕਲਵਿੰਦਰ ਕਿੱਧਰ ਭੱਜ ਗਈ? ਜਿੰਦਰ ਉਹ ਤਾਂ ਕੂੜਾ ਸਿੱਟਣ ਗਈ ਸੀਗੀ ਰੋੜੀ ਤੇ, ਆ ਜੂੜੀ ਕੋਈ ਨਾ। ਕੂੜਾ ਸਿੱਟਣ ਕਾਹਨੂੰ ਗਈ ਹੈ ਬੇਬੇ? ਕਾਦੀ ਗਈ ਹੈਗੀ, ਹਜੇ ਤੱਕ ਕੂੜਾ ਹੀ ਨਹੀਂ ਸਿੱਟਿਆ ਗਿਆ। ਉੱਥੇ ਚੁਗਲੀਆਂ ਕਰਕੇ ਆਊਗੀ ਮੇਰੀਆਂ ਮਨਦੀਪ ਕੋਲ ਕਰਕੇ ਆਉਣਾ। ਨਹੀਂ ਨਹੀਂ ਮੈਂ ਨਾ ਕਰਿਆ ਕਰ ਪੁੱਤ। ਨਹੀਂ ਬੇਬੇ ਤੈਨੂੰ ਭੁਲੇਖਾ ਇਹ ਗੱਲ ਦਾ, ਮੈਨੂੰ ਨਹੀਂ ਹੈਗਾ। ਮੈਂ ਤਾਂ ਕਦੇ ਦੇਖੀ ਨਹੀਂ ਤੇਰੀਆਂ ਚੁਗਲੀਆਂ ਕਰਦੀ ਉਹ। ਤੁਸੀਂ ਨਹੀਂ ਦੇਖੀ, ਮੈਂ ਤਾਂ ਦੇਖੀ ਹੈ। ਇਹਨਾਂ ਨੂੰ ਵੀ ਮਨ 'ਚ ਫਰਕ ਪੈ ਰਿਹਾ ਕੋਈ? ਨਹੀਂ ਐਵੇਂ ਲੱਗਦਾ ਬੇਬੇ, ਮੈਨੂੰ ਸਾਰਾ ਪਤਾ, ਤੁਹਾਨੂੰ ਨਹੀਂ ਪਤਾ ਲੱਗਦਾ ਇਹਨਾਂ ਗੱਲਾਂ ਦਾ। ਬੈਬ ਤਾਂ ਬਹੁਤ ਨੇ ਉਹ 'ਚ। ਉਹ ਕੁਲਵਿੰਦਰ ਵੀ ਆ ਗਈ, ਆ ਜਾ ਕੁਲਵਿੰਦਰ, ਆ ਜਾ ਬਹਿ ਜਾ, ਆ ਜਾ ਚਾਹ ਪੀਏ। ਚਾਹ ਬਣਾ ਲਈ? ਹਾਂ ਚਾਹ ਬਣਾ ਲਈ, ਬਾਹਲਾ ਹੀ ਟਾਈਮ ਲਾਈ ਪੁੱਤੇ, ਬਾਹਲਾ ਹੀ ਟਾਈਮ ਲਾਈ। ਟਾਈਮ ਤਾਂ ਹੀ ਲੱਗ ਜਾਂਦਾ ਬੇਬੇ, ਮੈਂ ਤਾਂ ਖੜੀ ਨਹੀਂ ਬੈਠੀ ਨਹੀਂ ਕਿਤੇ, ਆਈ ਮੁੜੇ ਹੀ ਛਿੱਟ ਕੇ। ਅੱਛਾ, ਤੁਹਾਨੂੰ ਲੱਗਿਆ ਸਾਨੂੰ ਬਾਹਲਾ ਟਾਈਮ ਲੱਗ ਗਿਆ। ਹੋਰ ਪੁੱਤ ਟਾਈਮ ਨਾਲ ਆਪਦਾ ਘਰੇ ਆ ਗਿਆ ਕਰ। ਪਤਾ ਹੀ ਹੈ ਮੈਨੂੰ ਇੰਨਾ ਟਾਈਮ ਲੱਗਦਾ ਹੁੰਦਾ ਕੂੜਾ ਸਿੱਟਣ 'ਤੇ, ਢਿੱਡ ਹੌਲਾ ਕਰਕੇ ਆਈ ਹੈ। ਲਵਿੰਦਰ ਚਾਹ ਨਾ ਠੰਡੀ ਹੋ ਜੇ, ਚਾਹ ਪੀ ਲਓ। ਲੈ ਬੇਬੇ। ਮੈਂ ਚਾਹ ਬੇਬੇ ਨੇ ਬਣਾਈ ਹੈਗੀ, ਉਹ ਛੋਟੀ ਫੋਨ ਲੱਗੀ ਚੱਕੀ ਬੈਠੀ ਸੀ, ਤੂੰ ਢੇਰੀ ਛੱਡਣ ਵਗ ਗਈ, ਵਾਹਵਾ ਟਾਈਮ ਤੂੰ ਨਹੀਂ ਮੁੜ ਕੇ ਆਈ। ਮਾਂ ਪਿਓ ਨੂੰ ਸੁੱਕੀ ਹੁੰਦਾ ਬਈ, ਨੂੰਹਾਂ ਦਾ ਸੁੱਕੀ ਹੁੰਦਾ, ਜੇ ਨਰਮਾ ਹੈ ਨਰਮਾ 'ਚ ਬੋਲਦੀ ਨਹੀਂ ਤੁਸੀਂ, ਐਂ ਥੋੜ੍ਹੀ ਹੈ ਵੀ ਇਹਨੂੰ ਬਸ ਕੰਮ ਕਰਾਈ ਜੋ ਮਾਂ ਤੋਂ। ਸੁੱਖ ਵਾਲੀ ਕੀ ਗੱਲ ਹੈ, ਅਸੀਂ ਵੀ ਕੰਮ, ਮੈਂ ਵੀ ਕੰਮ ਕਰਕੇ ਗਈ ਸੀ, ਇੰਨੇ ਭਾਂਡਿਆਂ ਦਾ ਢੇਰ ਮਾਂਜ ਕੇ ਗਈ, ਫਿਰ ਮੈਂ ਕੂੜਾ ਉੱਥੇ ਝਾੜੂ ਲਾ ਕੇ ਕੂੜਾ। ਇੰਨਾ ਕਿੰਨਾ ਕੰਮ ਹੈ ਕਸਮ, ਦੋ ਜਾਣੀਆਂ ਨੂੰ ਜ਼ਿਆਦਾ ਕੰਮ ਤੁਹਾਨੂੰ? ਬਹੁਤ ਟਾਈਮ ਹੀ ਲੱਗਦਾ ਜੀ, ਸਾਨੂੰ ਤਾਂ ਖੇਤ ਵਗ ਜਾਂਦੇ, ਸਾਨੂੰ ਤਾਂ ਲੱਗਣੀ ਸਮਝ ਵਿਹਲੀ ਤੁਰੀਆਂ ਫਿਰਦੀਆਂ। ਕਾਹਨੂੰ ਬੇਬੇ ਦੇ ਮੂੰਹ 'ਚ ਬੋਲ ਨਹੀਂ ਹੈਗਾ, ਬਾਹਲੀ ਨਰਮ ਹੈ। ਫਿਰ ਕੀ ਹੋ ਗਿਆ ਪੁੱਤ, ਜੇ ਮੈਂ ਚਾਹ ਬਣਾ ਲਈ, ਮੈਂ ਕਿਹੜਾ ਥੱਕ ਗਈ? ਕੋਈ ਨਾ, ਨਿਆਣੀਆਂ ਸਿਆਣੀਆਂ ਨੇ ਗਏ, ਕੋਈ ਨਾ, ਫਿਰ ਕੀ ਹੋ ਗਿਆ? ਬੇਬੇ ਤੂੰ ਤਾਂ ਬਾਹਲੀ ਭੋਲੀ ਹੈ, ਤੂੰ ਹਰੇਕ ਨੂੰ ਆਪਦੇ ਵਰਗਾ ਸਮਝ ਲੈਂਦੀ, ਇਹ ਬਹੁਤ ਚਲਾਕ ਨਹੀਂ ਗੀਆਂ, ਤੈਨੂੰ ਤੰਗ ਕਰਨਗੀਆਂ, ਬਾਹਲਾ ਕੰਮ ਦੇ ਵਿੱਚ ਨਾ ਫਸਿਆ ਕਰ ਤੂੰ। ਕੋਈ ਨਾ ਪੁੱਤ, ਆਪਣੀਆਂ ਧੀਆਂ ਵਰਗੀਆਂ ਨੇ, ਕੋਈ ਨਾ, ਉਹ ਤਾਂ ਔਖੀ ਹੋਏਗੀ। ਸਾਨੂੰ ਚਾਹ ਪੀਣ ਦਿੰਦੇ ਨੇ, ਇਹਨਾਂ ਦੇ ਤਾਂ ਮੇਰਾ ਫੋਨ ਹੀ ਚੂਹੀ ਜਾਂਦਾ। ਇੱਕ ਦੋ ਵਾਗੀ ਉੱਠ ਕੇ, ਜੇ ਹੁਣ ਇਹੀ ਗੱਲ ਤਾਂ ਕਹੀ ਹੁੰਦੀ ਤੇਰਾ ਗੁੱਸਾ ਅੱਧਾ ਹੁੰਦਾ। ਉਹ ਤਾਂ ਜੀ ਬੇਬੇ ਨੂੰ ਵੀ ਚਮਲਾ ਰੱਖੀ ਹੈਗੀ, ਆਕੜ ਕੇ ਤਾਂ ਜਾਣੀ ਸੀ, ਤੁਸੀਂ ਫੋਨ ਦਾ ਨਾਂ ਲੈਤਾ, ਸਾਰੇ ਦਿਨ ਉਹਨਾਂ ਨੂੰ ਗੋਡੇ ਨਾਲ ਬਹਾ ਕੇ ਗੱਲਾਂ ਕਰੀ ਜਾਣਗੇ, ਅੱਗੇ ਸੰਦੀਪ ਬਾਹਰੇ ਹੈਗਾ, ਫਿਰ ਹੁਣ ਬਾਹਰੇ ਆ ਕੰਮ ਤਾਂ ਉਹਨੂੰ ਵੀ ਕਰਨਾ ਚਾਹੀਦਾ, ਜਦੋਂ ਮੈਂ ਕੰਮ ਕਰਨ ਲੱਗ ਜੂਗਾ ਨਾ ਉੱਥੇ ਬਹਿ ਜੂ ਸੱਪੜ ਕੇ ਮੰਜੇ ਤੇ ਮਾਵੀ ਨਾਲ। ਘੱਟ ਤੂੰ ਵੀ ਰਹੇਗੀ, ਕੱਲੇ ਉਹਨੂੰ ਕਹੀਦੇ ਆਪਾਂ। ਕਿਹਾ ਸੰਦੀਪ ਨੂੰ ਸੀ ਮੈਂ, ਮਾਂ ਸੰਦੀਪ ਬਈ ਬਾਹਰ ਨਾ ਜਾ, ਡਬਈ 'ਚ ਕੀ ਕਰਨਾ, ਉੱਥੇ ਤਾਂ ਜਾ ਕੇ ਦੋ ਦੋ ਕਿੱਲੇ ਹੈਗੇ ਨੇ, ਕੁਛ ਠੇਕੇ ਠੱਲੇ ਕਰ ਲਿਆ ਕਰਾਂਗੇ, ਆ ਮੈਂ ਵੀ ਵਧੀਆ ਟਾਈਮ ਪਾਸ ਕਰੀ ਜਾਂਦਾ ਉਰੇ, ਅਤੇ ਪਤੰਦਰ ਹਟਿਆ ਨੇ ਕਹਿੰਦਾ ਮੈਂ ਡਬਈ 'ਚ ਜਾਣਾ ਹੀ ਜਾਣਾ। ਆ ਦੋਨੇ ਚੌਂ ਚੜਕਿਆ ਵਾਂਗੂ ਲੜੀ ਜਾਂਦੇ ਨੇ, ਬੇਬੇ ਦੇ ਮੂੰਹ 'ਚ ਬੋਲ ਨਹੀਂ, ਕੂਨੀ ਵਾਹਲੀ ਆ ਵਿਚਾਰੀ, ਇਹ ਕੁਛ ਕਹਿੰਦੀ ਨਹੀਂ ਉਹਨਾਂ ਨੂੰ। ਬੇਬੇ ਇਹੀ ਤਾਂ ਤੇਰੇ ਤਾਂ ਸਿਆਣਪ ਹੈ ਵੀ ਤੂੰ ਇੰਨਾ ਲੰਬਾ ਸੋਚਦੀ ਵੀ ਉਹਨਾਂ ਭਾਈਆਂ 'ਚ ਫਰਕ ਨਾ ਪੈ ਜੇ, ਇਹਨਾਂ 'ਚ ਫਰਕ ਨਾ ਪੈ ਜੇ, ਵੀ ਘਰੇ ਅੱਡ ਵੱਡ ਹੋਣਾ ਜਾਣ ਅੱਡ ਉੱਡਣ ਹੋ ਜਾਣ ਕਿਤੇ, ਹੈ ਪਰ ਇਹ ਨਹੀਂ ਤੇਰੇ ਬਾਰੇ ਸੋਚਦੇ ਹੈਗੀਆਂ। ਚੱਲ ਕੋਈ ਨਾ ਪੁੱਤ, ਫਿਰ ਕੀ ਹੋ ਗਿਆ, ਚੱਲ ਕੋਈ ਨਾ ਛੱਡੋ ਗੱਲਾਂ, ਹੁਣ ਮੈਨੂੰ ਇਹ ਦੱਸੋ ਪੁੱਤ ਵੀ ਇਹਨਾਂ ਨੂੰ ਗਰਮੀ ਵਾਲੇ ਕੱਪੜੇ ਲਿਆ ਕੇ ਦੇ ਦੀਏ, ਪੈਸੇ ਦੇ ਦੀ ਪੁੱਤ ਤੈਨੂੰ, ਹੁਣ ਪਿੱਛੇ ਤਾਂ ਲਿਆਂਦੇ ਨੇ ਵਾਲੇ ਕੱਪੜਿਆਂ ਨੇ, ਕੀ ਹੋਇਆ ਕੱਪੜੇ? ਚੱਲ ਕੋਈ ਨਾ, ਉਹ ਤਾਂ ਵਿਆਹ ਸ਼ਾਦੀ ਵਾਲੇ ਨੇ ਪੁੱਤ, ਸਾਰਾ ਦਿਨ ਉਹ ਘਰੇ ਵੀ ਨਹੀਂ ਪੈਂਦੇ, ਵੀ ਫਿਰ ਮੱਚ ਮੁੱਚ ਜਾਂਦੇ ਨੇਗੇ, ਫਿਰ ਵਧੀਆ ਜਿਹੇ ਲਿਆ ਕੇ ਦੇ, ਗਰਮੀ ਵਾਲੇ ਲਿਆ ਕੇ ਦੇ ਦੀ ਪਤਲੇ ਜੇ। ਬੇਬੇ ਮਹਿੰਗਾਈ ਦਾ ਯੁੱਗ ਹੈ, ਅਸੀਂ ਇੱਕ ਕੁੜਤਾ ਪਜਾਮਾ 6-6 ਮਹੀਨੇ ਸਾਲ ਸਾਲ ਪਾਈ ਜਾਂਦੇ ਹਾਂ, ਇਹ ਕਹਿੰਦੇ ਸਾਡਾ ਰਿਵਾਜ਼ ਹੀ ਵਗ ਜਾਂਦਾ। ਉਹ ਪਹਿਲੇ ਟਾਈਮ ਟੱਪ ਗਏ, ਹੁਣ ਤਾਂ ਵਧੀਆ, ਹੁਣ ਤਾਂ ਵਧੀਆ ਕੱਪੜਾ ਲੀੜਾ, ਹਰੇਕ ਕੋਈ ਵਧੀਆ ਕੱਪੜਾ ਲੀੜਾ ਹੀ ਦੇਖਦਾ। ਬੇ ਤੈਨੂੰ ਪਤਾ
ਕੱਪੜਾ ਜਿਹੜਾ ਤਾਂ ਪਾਂਦ ਪਾਂਦ ਦਾ ਨਵਾਂ ਹੁੰਦਾ, ਇਹ ਤਾਂ ਖਰਚਾ ਵਾਲਾ ਹੁੰਦਾ, ਇਹ ਕਿਹੜਾ ਸੂਟ ਪਾਉਂਦੀ ਮੁੜ ਕੇ ਕਹਿੰਦੇ ਰਿਵਾਜ ਵੱਗ ਗਿਆ। ਚੱਲ ਬੇਬੇ ਤੇਰੀ ਵੀ ਮੰਨਣੀ ਪਊਗੀ, ਤੇ ਆਪਣਾ ਜਿਹੜਾ ਉਹ ਕਰਦੇ ਸਾਹਮਣੇ ਰੱਖਿਆ 1500 ਰੁਪਇਆ ਪਿਆ ਨਾ ਕਣਸ ਤੇ, ਤੇ ਇੱਕ ਤੂੰ ਸੂਟ ਆਪਦਾ ਮੰਗਾ ਲਈ ਤੇ ਦੋ ਇਹ ਲੈ ਆਉਣਗੇ ਆਪਦੇ। ਮੈਂ ਤਾਂ ਮੋਟਰ ਚੱਲੀ ਜਾਂਦੀ ਹੈ, ਮੈਂ ਤਾਂ ਚਾਹ ਪੀਣੀ ਆਇਆ ਸੀਗਾ ਘਰੇ, ਤੇ ਮੈਂ ਮੋਟਰ ਮੋਟਰ ਦੇਖ ਦਾਂਗਾ ਹਵਾ ਚੱਲੀ ਡਿੱਗ ਡੁੱਗ ਪਵੇ ਕਣਕ ਮਿਸਤਰੀ ਪਈ ਹੈ ਨਾ ਕਣਕ ਹੁਣ। ਚੰਗਾ ਫਿਰ ਮੈਂ ਤਾਂ ਜਾਣਾ ਖੇਤ। ਚੰਗਾ ਪੁੱਤ ਤੂੰ ਤਾਂ ਜਾ ਫਿਰ ਖੇਤ, ਹੋਰ ਪਾਣੀ ਪੂਣੀ ਟੁੱਟ ਜਾਣਗੇ। ਹਾਂ ਚੰਗਾ ਪੁੱਤ, ਲੈ ਹੁਣ ਬੰਦਿਆਂ ਨੂੰ ਕੀ ਪਤਾ ਹੁੰਦਾ ਹੈਗਾ ਇਹੋ ਜਿਹੀਆਂ ਗੱਲਾਂ ਦਾ। ਹੁਣ 1500 ਰੁਪਈਏ 'ਚ ਪਹਿਲਾਂ ਕੀ ਆ ਜੂਗਾ ਦੱਸ, ਮੈਂ ਦੇ ਦਿੰਦੀ ਆਪਣੀ ਵਾਲਾ ਪੈਨਸ਼ਨ ਦਾ 1500 ਰੁਪਈਆ। ਚੱਲ ਇਹਨਾਂ ਦੇ ਆ ਜਾਣਗੇ ਕੱਪੜੇ, ਮੇਰਾ ਤਾਂ 500 ਦਾ ਆਜੂ, ਇਹਨਾਂ ਦੇ 10,000 ਦੇ ਆਉਣਗੇ ਵਿਚਾਰੀਆਂ ਦੇ। ਚੱਲ ਨਿਆਣੀਆਂ ਨੇ ਵਿਚਾਰੀਆਂ ਚੱਲ ਕੋਈ ਨਾ ਫਿਰ ਤਾਂ ਅਸੀਂ ਲਿਆਵਾਂਗੇ ਵੀ ਗਰਮੀ ਆ ਗਈ ਹੈ ਨਾ। ਚੰਗਾ ਜਦੋਂ ਮੈਂ ਆ ਗਈ ਉਦੋਂ ਵਾਜ ਦਿਓ ਫਿਰ। ਰੇਖ ਕਰ ਇਹਨਾਂ ਨੂੰ ਪੁੱਛਦੇ, ਇਹਨਾਂ ਨੂੰ ਦੱਸਦੇ, ਮੈਨੂੰ ਕੋਈ ਪੁੱਛਦੇ ਨਹੀਂ ਹੈਗਾ। ਚੱਲ ਕੋਈ ਨਾ ਵੀਰਪਾਲ, ਫਿਰ ਕੀ ਹੋ ਗਿਆ ਤੇਰੀ ਵੱਡੀ ਭੈਣ ਹੈ। ਮੇਰਾ ਹੱਕ ਨਹੀਂ ਹੈਗਾ। ਹੱਕ ਤਾਂ ਹੈਗਾ, ਘਰ 'ਚ ਕੁਛ ਹੈ ਨਹੀਂ ਹੈਗਾ, ਫਿਰ ਵੱਡੀ ਹੈ ਇਹ, ਕੋਈ ਨਾ ਫਿਰ ਵੱਡੀ ਕਰ ਦਿੰਦੇ ਤੁਸੀਂ ਤਾਂ ਹਰੇਕ ਗੱਲ 'ਤੇ। ਚੱਲ ਕੋਈ ਨਾ ਬੇਬੇ, ਤੁਸੀਂ ਦੋਨੇ ਲਿਆਇਓ, ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ। ਕੋਈ ਨਾ ਚੰਗਾ, ਹਾਂ ਇਸੇ ਨੂੰ ਲਿਆਈ, ਇਸੇ ਨੂੰ ਲਈ ਜੀ, ਨਾਲੇ ਇਹਨੂੰ ਬਾਹਲੀ ਲੀਡਰੀ ਕਰਨੀ ਆਉਂਦੀ। ਮੈਂ ਤਾਂ ਮੱਝਾਂ ਨੂੰ ਪਾਣੀ ਪਿਆ ਕੇ ਆਵਾਂ, ਹਾਂ ਫਿਰਦੀ ਹੈ ਟਾਲ ਮਟੋਲੇ ਕਰਦੀ। ਕਹਿਕੇ ਕੀ ਆ, ਕਰਦੀ ਹਾਂ ਗੱਲ ਇਹਦੇ ਨਾਲ ਵੀ, ਅੱਜ ਤਾਂ ਬੇਬੇ ਵੀ ਨਹੀਂ ਹੈਗੀ, ਦੇਖਣੀ ਪਊ ਅੱਜ ਮੇਲਾ ਦੇ ਨਾਲ ਦੋ ਹੱਥ ਚੜਾਏ ਨਹੀਂ ਬੇਬੇ ਨੂੰ। ਚੜਾਏ ਨਹੀਂ ਬੇਬੇ ਨੂੰ? ਅੱਛਾ ਉਹਦੀ ਆ ਗਈ ਫਿਰ ਵਸਤਾ ਹੈ ਪਿੰਡ ਚਿਮੜੇ। ਚਲੋ ਵਧੀਆ ਹੋ ਗਿਆ, ਚੜਾਇਆ ਜਦੋਂ ਜਾਣਾ ਵੀ ਔਖਾ ਤੁਰ ਕੇ। ਫਿਰ ਹੁਣ ਤੁਸੀਂ ਖੇਤ ਜਾਂਦੇ ਹੋਗੇ? ਹਾਂ ਮੈਂ ਖੇਤ ਮਾਰਨ ਗਿਆ, ਸਬਜ਼ੀ ਜੀ ਤੋੜ ਲਿਆਉਂਗਾ। ਹਾਂ ਜਾਇਓ ਘਰੇ ਪਤਾ ਸੀ ਕਰਨ ਦੇ ਮੈਨੂੰ ਗੱਲ, ਉਹਦੇ ਨਾਲ ਜ਼ਿਆਦਾ ਤੜਫ ਜਿਹੀ ਛੱਡੀ, ਅੱਜ ਮੈਨੂੰ ਲੋਡ ਕਰਨੀ ਪਊ ਮੇਰੇ ਹਿਸਾਬ ਨਾਲ। ਲੈ ਕੱਟੀ ਨੇ ਤਾਂ ਪੀ ਲਿਆ ਪਾਣੀ, ਅਤੇ ਨਾਲੇ 2 ਘੰਟੇ ਫੁੱਟ ਗਏ, ਨਾਲੇ ਕਹਿੰਦੀ ਕੁਛ ਕਰਦੀ ਨਹੀਂ ਹੈਗੀ, ਹਜੇ ਮੇਰਾ ਨੌਂ ਨਹੀਂ, ਨਾਲੇ ਮੈਂ ਸਾਰਾ ਦਿਨ ਕਰਦੀ ਹਾਂ, ਨਾਲੇ ਸਾਰਾ ਦਿਨ ਸਾਂਭਦੀ ਹਾਂ, ਲੀਡਰੀ 'ਤੇ ਆ ਕੱਢੀ 'ਤੇ, ਕਿਰਾਇਆ ਲਾ ਕਿੰਨੀ ਮਰਜ਼ੀ, ਪਤਾ ਨਹੀਂ ਕੀ ਕਰੀ ਜਾਂਦੇ, ਲੀਡਰੀ ਲੀਡਰੀ ਕਰ ਲੈਂਦੇ ਅੱਜ ਮੈਨੂੰ ਉਹਦੀ ਗੱਲ ਐਵੇਂ ਲੋਟ ਨਹੀਂ ਆਉਂਦੀ, ਹਜੇ ਤਾਂ ਬੇਬੇ ਵੀ ਨਹੀਂ ਹੈਗੀ ਇੱਥੇ ਵਧੀਆ। ਕੀ ਕਹੀ ਨਹੀਂ, 2 ਘੰਟਾ ਹੋ ਗਿਆ ਲੀਡਰੀ ਕਰਦੇ ਲੀਡਰੀ ਕਰਦੇ, ਕੀ ਲੀਡਰੀ ਕਰ ਲਈ ਮੈਂ ਤੇਰੇ 'ਤੇ? ਲੀਡਰੀ ਕਰਦੀ ਤਾਂ ਹੈਗੀ ਹੈ ਫਿਰ ਮੇਰੇ 'ਤੇ, ਵੀ ਆਏ ਨਹੀਂ ਕਰਦੀ, ਆਏ ਨਹੀਂ ਕਰਦੀ, ਬੇਬੇ ਦੇ ਸਰਾਣੇ ਬੈਠੀ ਰਹਿੰਦੀ ਹੈ। ਹਾਂ ਫਿਰ ਇਹ ਕੀ ਝੂਠ ਹੈ, ਬੈਠੀ ਤਾਂ ਰਹਿੰਦੀ ਸਰ ਦਿਨ ਬੇਬੇ ਸਰਾਣੇ? ਝੂਠ ਕਿਉਂ ਨਹੀਂ ਹੈਗਾ, ਤੇ ਝੂਠ ਹੀ ਹੈ, ਹੋਰ ਕੇ ਮੈਂ ਕੰਮ ਨਹੀਂ ਕਰਦੀ, ਤੇ ਮੈਂ ਕੀ ਕੰਮ ਨਹੀਂ ਕਰਦੀ? ਫਿਰ ਮੈਂ ਕਰਦੀ ਯਾਰ, ਪਰ ਪਾਏ ਪਾ ਕਰੇ ਹੋ ਭੈਣੇ? ਹਾਂਜੀ ਕਰੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਕਿਵੇਂ ਠੀਕ ਹੋ? ਹਾਂਜੀ ਠੀਕ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਕਿਵੇਂ ਠੀਕ ਹੋ? ਹਾਂ ਠੀਕ। ਤੁਹਾਡੀ ਬੀਬੀ? ਪਰ ਬੀਬੀ ਤਾਂ ਗਏ ਹੋਏ ਹੈ ਨਹੀਂ, ਪਿੰਡ ਗਏ ਹੋਏ ਨੇ, ਉਹਦਾ ਨਾਨਕੀ ਸਾਡੇ। ਅੱਛਾ, ਸੁੱਖ ਨਾਲ ਹੀ ਪੁੱਤ? ਹਾਂ ਉਹੀ ਖੈਰ ਨਹੀਂ ਪਾ ਗਏ ਜੀ। ਚੱਲ ਠੀਕ ਹੈ, ਕਹਿੰਦੇ ਸਿਆਲ ਜੇ ਲੰਘ ਗਿਆ, ਗਏ ਨਹੀਂ ਸੀਗੇ। ਅੱਛਾ, ਚੱਲ ਹੁਣ ਦਿਨ 'ਚ ਵਧੀਆ ਲੱਗ ਗਏ, ਜਾਏ ਉਹਨੇ। ਚੱਲ ਠੀਕ ਹੈ ਪੁੱਤ, ਫਿਰ ਕਦੋਂ ਆਉਣਗੇ? ਉਹ ਤਾਂ ਕੱਲ੍ਹ ਨੂੰ ਆ ਜਾਣਗੇ ਮਾਂ ਜੀ। ਠੀਕ ਹੈ ਪੁੱਤ, ਬਹਿ ਜਾਓ ਚਾਹ ਪੀ ਕੇ। ਬਸ ਪੁੱਤ ਜਿਉਂਦੇ ਰਹੋ, ਮਹਾਰਾਜ ਬਾਹਰ ਆ ਜਾਓ। ਕੋਈ ਨਾ ਕੋਈ ਨਾ।
ਕੋਈ ਨੀ ਆਜੋ ਬਾਈ ਮਾਂ ਜੀ ਬੈਠੇ ਪੁੱਤ ਚਾਹ ਤਾਂ ਨਹੀਂ ਮੈਂ ਪੀਣੀ ਮੈਨੂੰ ਪਾਣੀ ਲਿਆ ਦਿਓ ਕੁਲਵਿੰਦਰ ਭੈਣੇ ਪਾਣੀ ਲਿਆ ਦਿਓ ਕਹਿੰਦੇ ਚਾਹ ਤਾਂ ਨਹੀਂ ਪੀਂਦੇ ਹੈਗੇ ਹਾਂ ਲਿਆਉਣੀ ਹੈ ਭੈਣੇ ਫਿਰ ਪਾਣੀ ਲਿਆ ਦਿੰਦੀ ਹੈਗੀ ਮਾਂ ਜੀ ਤਾਂ ਹੀ ਵਾਰ ਕੇ ਖੜ ਕੇ ਬਿੜਕ ਲੈਂਦੇ ਹੋਣਗੇ ਮਾਂ ਜੀ ਸਾਡੇ ਤਾਂ ਬਾਜ ਹੀ ਵਾਲੀ ਵੱਡੀ ਹੈ ਦੋਨਾਂ ਭੈਣਾਂ ਦੀ ਪੁੱਤ ਮੈਂ ਤੇਰੀ ਬੀਬੀ ਨੂੰ ਮਿਲਣ ਆਈ ਸੀਗੀ ਅੱਛਾ ਸਿਆਣਪ ਘੋਟਦੀ ਆ ਕਹਿੰਦੀ ਮੇਰੀਆਂ ਨੂੰਹਾਂ ਸਿਆਣੀਆਂ ਗਈਆਂ ਤੇ ਇਹ ਮੈਂ ਲੜਦੀਆਂ ਉੱਤੇ ਫੜਦੀਆਂ ਪਰਦੇ ਰੱਖਦੀਆਂ ਗਈਆਂ ਕਹਿੰਦੀਆਂ ਅਸੀਂ ਸਿਆਣੀਆਂ ਗਈਆਂ ਤੇਰੇ ਕਰਮ ਚੰਗੇ ਸੀ ਅੱਜ ਮਾਂ ਜੀ ਆ ਗਈ ਨਹੀਂ ਅੱਜ ਤੈਨੂੰ ਬਣਾ ਦਿੰਦੀ ਮੈਂ ਕਿਤੇ ਫੇਰ ਦੇਖ ਲਈ ਕਰਦੀ ਦੇਖ ਕੀ ਹੈ ਹਾਂ ਦੇਖੂਗੀ ਦੇਖੂ ਛੱਡ ਲਈ ਕਿਤੇ ਮਰਜ਼ੀ ਛੱਡਦੀ ਨਹੀਂ ਬੇਬੇ ਆ ਗਈ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਠੀਕ ਹੋ ਹਾਂ ਬੈ ਜਾ ਹੋ ਠੀਕ ਸੀ ਨਾਨਕੇ ਘਰ ਸਾਰੇ ਆਪਣੇ ਹਾਂ ਠੀਕ ਸੀ ਅੱਛਾ ਸੂਟਾ ਹੀ ਪਾ ਕੇ ਆ ਗਏ ਬੇਬੇ ਹੋਰ ਐ ਸੀ ਪੁੱਤ ਕੱਲ ਹੱਥ ਨਾ ਕਿ ਪਾਇਆ ਸੀ ਮੈਂ ਚੱਲ ਜਾਂਦੀ ਨਾ ਬਦਲ ਜੂੰਗੀ ਫਿਰ ਮੈਂ ਬਦਮਾ ਹੀ ਚਾ ਹੀ ਚੜ ਗਈ ਸਦੇਹਾ ਬਸ ਮੈਂ ਆਖਿਆ ਮੈਂ ਜਾਵਾਂ ਛੇਤੀ ਅੱਛਾ ਤੁਹਾਡਾ ਮੈਨੂੰ ਬਾਹਲਾ ਰਹਿੰਦਾ ਹੈਗਾ ਨਾ ਫਿਰ ਨਾਲ ਲੈ ਕੇ ਵੀ ਗਏ ਸੀ ਤੇ ਨਾਲੇ ਫਿਰ ਬਦਲਿਆ ਨਹੀਂ ਹੈਗਾ ਪਾਰ ਵੀ ਚੱਕਿਆ ਸੀ ਬਦਲੇ ਆਉਂਦੇ ਕੋਈ ਨਾ ਮਖਿਆ ਪਿੰਡੀ ਜਾਣਾ ਕਿਹੜਾ ਕਿਤੇ ਹੋਰ ਜਾਣਾ ਹੈਗਾ ਉਹ ਤਾਂ ਠੀਕ ਹੈ ਬੇਬੇ ਹਾਂ ਮੈਂ ਤੁਹਾਡਾ ਬਾਹਲਾ ਰਹਿੰਦਾ ਹੈਗਾ ਘਰੇ ਜਾਵਾਂ ਛੇਤੀ ਪੁੱਤ ਹਾਂ ਇਹ ਤਾਂ ਖਰ ਟੈਨਸ਼ਨ ਤਾਂ ਹੁੰਦੀ ਹੈ ਸਨੇਹੀ ਆ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹਾਂ ਹੋਰ ਠੀਕ ਠਾਕ ਸੀ ਵਧੀਆ ਮਾਮਾ ਬਾਕੀ ਠੀਕ ਸੀ ਵਧੀਆ ਚਲ ਚੰਗੀ ਗੱਲ ਬਾਲੀ ਸੁਨੇਹਾ ਚੜ ਗਈ ਫਿਰ ਇਸ ਤਰ੍ਹਾਂ ਸੁਨੇਹੀ ਆ ਗਏ ਹੈ ਹੋਰ ਪੁੱਤ ਫਿਰ ਮੈਨੂੰ ਤੁਹਾਡਾ ਵਾਲਾ ਰਹਿੰਦਾ ਮੈਂ ਆਖਿਆ ਜਾਵਾਂ ਫਿਰ ਛੇਤੀ ਘਰੇ ਹੋਰ ਚੱਲ ਉਹ ਤਾਂ ਚੰਗੀ ਗੱਲ ਆ ਗਈ ਹੁਣ ਐਡਾ ਵੀ ਸਾਡੇ ਕੋਲ ਖਿਚੜ ਵਾਲੀ ਗੱਲ ਨਹੀਂ ਸੀ ਫਿਰ ਕੀ ਹੁੰਦਾ ਹੋਰ ਹੁੰਗਾਰੇ ਆ ਜਾਂਦੇ ਚੱਲ ਕੋਈ ਨਾ ਫਿਰ ਹੁਣ ਆਉਣਾ ਤਾਂ ਪੈਂਦਾ ਭਾਈ ਆਪਦੇ ਘਰੇ ਫਿਰ ਧੁੱਪ ਚੜ੍ਹੀ ਜਾਂਦੀ ਸੀ ਹਾਂ ਹੋਰ ਇਹ ਤਾਂ ਹੈਗਾ ਆਏ ਪੁੱਤ ਫਿਰ ਬਾਈ ਧੁੱਪ ਚੜ੍ਹ ਜਾਂਦੀ ਫਿਰ ਗੱਲ ਸੱਚੀ ਆ ਹਾਂ ਹੁਣ ਗਰਮੀ ਵੀ ਹੋ ਗਈ ਹਾਂ ਹਾਂ ਚੱਲ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ ਬਣਾ ਲੈ ਦੇਖ ਲੈ ਬੇਬੇ ਕਿਵੇਂ ਮਿੱਠੀਆਂ ਮਾਰਦੀ ਤੇਰੇ ਨਾਲ ਤੇਰੇ ਗਈ ਪਿੱਛੋਂ ਤਾਂ ਮੇਰੇ ਨਾਲ ਇਹਨਾਂ ਨੇ ਇਹੀ ਜੀ ਕਰੀ ਉਹਦੀ ਮਾਂਜਾ ਚੱਕ ਕੇ ਆ ਗਈ ਮੈਨੂੰ ਕੁੱਟਣ ਅੱਛਾ ਫਿਰ ਤੇ ਕਹਿੰਦੀ ਤੈਨੂੰ ਮੈਂ ਦੱਸਦੀ ਹਾਂ ਕਹਿੰਦੀ ਅੱਛਾ ਪਤਾ ਕਹਿੰਦੀ ਤੇ ਫਿਰ ਉਦੋਂ ਬਾਅਦ ਅਸੀਂ ਲੜੀ ਜਾਂਦੀਆਂ ਤੇ ਤੈਨੇ ਉਧਰੋਂ ਗਵਾਂਢਣ ਆ ਗਈ ਉਹਨੂੰ ਤਾਂ ਨਹੀਂ ਪਤਾ ਲੱਗਿਆ ਨਾ ਨਾ ਉਹਨੂੰ ਤਾਂ ਅਸੀਂ ਪਤਾ ਲੱਗਣ ਹੀ ਨਹੀਂ ਦਿੱਤਾ ਅਸੀਂ ਉਹਦੀ ਉਹਨੇ ਮਾਂਜਾ ਸਿੜਤਾ ਮੈਂ ਵੀ ਪੈਪ ਜੀ ਸਿੜਤੀ ਫਿਰ ਤਾਂ ਮਹਾ ਇਹਨੂੰ ਪਤਾ ਲੱਗ ਗਿਆ ਤਾਂ ਸਾਰੇ ਪਿੰਡ 'ਚ ਝੂਠ ਹੋ ਜੂ ਲੋਕ ਗੱਲਾਂ ਕਰਨਗੇ ਵੱਡੀ ਭੈਣ ਹੈਗੀ ਵੀ ਆਏ ਐਂ ਲੜਦੀਆਂ ਨੇ ਐਂ ਲੜਦੀਆਂ ਨੇ ਹਨਾ ਲੋਕ ਗੱਲਾਂ ਬਣਾਉਣਗੇ ਲੜਿਆ ਨਾ ਬੇਬੇ ਫਿਰ ਐਂ ਨਹੀਂ ਲੋਟ ਆਉਂਦਾ ਮੇਰਾ ਨਹੀਂ ਠੀਕ ਆਉਂਦਾ ਇਹਨਾਂ ਨਾਲ ਰਹਿਣਾ ਬਾਕੀ ਸੰਦੀਪ ਬਾਹਰ ਰਹਿੰਦਾ ਗਾ ਫਿਰ ਐਂ ਮੈਂ ਕਿਵੇਂ ਟਾਈਮ ਪਾਸ ਕਰੂੰਗੀ ਆ ਜਾਊਗਾ ਚਲੋ ਉਹ ਗੱਲ ਕਰ ਲਾਂਗੇ ਠੀਕ ਹੈ ਚਲ ਕੋਈ ਨਾ ਸੰਦੀਪ ਨੂੰ ਉਹਨੂੰ ਆ ਜਾਂਦੇ ਕੁਲਵਿੰਦਰ ਨੂੰ ਪੁੱਛਦੀ ਆ ਉਹਨੂੰ ਚੰਗਾ ਤੁਹਾਡੇ ਕਹਿਣ ਤੇ ਮੈਂ ਤਾਂ ਚੁੱਪਾਂ ਬੇਬੇ ਬਾਕੀ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਬਸ ਨਹੀਂ ਫਿਰ ਮੇਰੇ ਤੇ ਇੱਕ ਪਾਸਾ ਕਰ ਦਿਓ ਕੋਈ ਨਾ ਪੁੱਤ ਦੇਖਦੇ ਆ ਐਂ ਨਹੀਂ ਕਰਦੇ ਤੂੰ ਤਾਂ ਆਪ ਇੰਨੀ ਸਿਆਣੀ ਹੈ ਜੀ ਸਿਆਣੀ ਹੋਈ ਤੂੰ ਤਾਂ ਆਪ ਹੈ ਨਾ ਪੁੱਤ ਤਾਂ ਹੀ ਕੱਟੀ ਜਾਂਦੀ ਹੈਗੀ ਫਿਰ ਮੈਂ ਤਾਂ ਸੋਚਦੀ ਹਾਂ ਫਿਰ ਉਹ ਨਹੀਂ ਨਾ ਸੋਚਦੀ ਚਲ ਕੋਈ ਨਾ ਤੇਰੀ ਵੱਡੀ ਭੈਣ ਹੈ ਚਾਹ ਫੜਾ ਕੇ ਕੱਲੀ ਬੇਬੇ ਨੂੰ ਫੜਾ ਕੇ ਜਮਾਂ ਨਹੀਂ ਫੜਾਉਂਦੀ ਉਹ ਬੈਠੇ ਪ੍ਰਧਾਨ ਬਣੀ ਮੂਹਰੇ ਇਹਨੂੰ ਵੀ ਚਾਹ ਬਣਾ ਦਿਆਂ ਘੰਟਾ ਹੋ ਗਿਆ ਪਈ ਨੂੰ
ਲੈ ਵੀ ਚਾਹ ਪੀ ਲੈ ਬਣਾ ਲਈ ਹਾਂ ਬਣਾ ਲਈ ਵੀ ਚਾਹ ਕਰਦੀਆਂ ਨੇ ਕੀ ਚੱਕਰ ਕੀ ਐਡਾ ਵੱਡੇ ਕਿਉਂ ਰੋਜ਼ ਲੜਦੀਆਂ ਗੱਲ ਕੀ ਹੈ ਰੌਲਾ ਮੈਂ ਦੱਸਦੀ ਹਾਂ ਸਾਨੂੰ ਜੀ ਨਾ ਤਾਂ ਹੁਣ ਇੱਧਰ ਆਪ ਜਾਣੇ ਪਸ਼ੂਆਂ ਵਾਲਾ ਸਾਂਭ ਰੱਖਿਆਗਾ ਮੈਨੂੰ ਚੁੱਲ੍ਹਾ ਸਮਾਇਆ ਹੋਇਆਗਾ ਨਾ ਤਾਂ ਮੈਨੂੰ ਆਖੂ ਮੈਨੂੰ ਬੱਠਲ 'ਚ ਕਾ ਗੋਹੇ ਵਾਲੇ ਅਤੇ ਮੈਂ ਦੱਸਿਆ ਇਹਨੂੰ ਬੱਠਲ 'ਚ ਕਾਵਾਂ ਕਿ ਮੈਂ ਉਹਦੇ ਰੋਟੀਆਂ ਬਣਾਵਾਂ ਫਿਰ ਮੈਨੂੰ ਉਤਲਾ ਹੋਰ ਵੀ ਭਾਂਡਾ ਠੀਕ ਕਰਦਾ ਸਾਰਾ ਕਰਨਾ ਪੈਂਦਾ ਹੈਗਾ ਫਿਰ ਬੱਠਲ ਤਾਂ ਚੁਕਾਉਣੀ ਪੈਣਗੇ ਭਾਣੇ ਐਂ ਮੈਥੋਂ ਨਹੀਂ ਚੁਕਾਏ ਜਾਂਦੇ ਹੈਗੇ ਬੱਠਲ ਫਿਰ ਜਾਂ ਮੈਂ ਤਾਂ ਬੱਠਲ 'ਚ ਚੁਕਾਏ ਜਾਣਗੇ ਰੋਟੀ ਰੋਟੀ ਫਿਰ ਗੋਹੇ ਕਹਿਣੀ ਤੂੰ ਕਰ ਲਿਆ ਕਰ ਮੈਂ ਤਾਂ ਆਪਦਾ ਚੁੱਲ੍ਹੇ ਕੋਈ ਨਹੀਂ ਕਰ ਲਿਆ ਤੁਸੀਂ ਲੜਾਉਣਾ ਕੋਈ ਨਾ ਮੈਂ ਤਾਂ ਨਾਲੇ ਗੋਹਾ ਸਿੱਟ ਲਿਆ ਕਰੂੰਗੀ ਨਾਲੇ ਮੈਂ ਰੋਟੀਆਂ ਪਕਾ ਲਿਆ ਕਰੂੰ ਕੋਈ ਨਾ ਮੈਂ ਕਰ ਲਿਆ ਕਰੂੰ ਤੁਸੀਂ ਮਾੜਾ ਮੋਟਾ ਉਤਲਾ ਉਤਲਾ ਕਰ ਲਿਆ ਕਰੋ ਲੜਾਉਣਾ ਪੁੱਤ ਤੁਸੀਂ ਸਿਆਣੀ ਹੋ ਤੁਸੀਂ ਚੰਗਾ ਵਿੰਦਰ ਫਿਰ ਮੈਂ ਭਾਂਡੇ ਲੈ ਕੇ ਜਾਣੀ ਮੈਂ ਭਾਂਡੇ ਲੈ ਬੀਬੀ ਜਾਣੀ ਬਣਗੇ ਤੈਨੂੰ ਤਾਂ ਉਹ ਤੁਸੀਂ ਸਿਆਣੀਆਂ ਬਣੋ ਕੱਲ ਨੂੰ ਤੁਸੀਂ ਵੀ ਸੱਸਾਂ ਬਣਨਾ ਹੈ ਆਦਿ ਮੰਜਰ ਛੁੱਟੀ ਮਾਰੋ ਕਿ ਤੁਸੀਂ ਕਮਲੇ ਹੋਈ ਹੋਗੀਆਂ ਅੱਜ ਬੇਬੇ ਤੁਸੀਂ ਕੰਮ ਕਰਾਉਣੀ ਹੋ ਦਿਮਾਗ ਖੋਲੋ ਆਪਦਾ ਉਹ ਨਰਮਾ ਵਿਚਾਰੀ ਉਹਦਾ ਗੋਹਾ ਚੱਕਣ ਨੂੰ ਤਿਆਰ ਹੋ ਗਈ ਲੈ ਉਹਦੀ ਉਮਰ ਹੈ ਗੋਹਾ ਚੱਕਣ ਦੀ ਕੋਈ ਤੁਸੀਂ ਆਪਦੇ ਦਿਮਾਗ ਨੂੰ ਠੰਡਾ ਕਰੋ ਦਿਮਾਗ ਤੋਂ ਕੰਮ ਲਓ ਕੋਬੜੀ ਦਾਦੀ ਤੋਂ ਗੱਲ ਤਾਂ ਸਹੀ ਹੈ ਬਈ ਉਹੀ ਤਾਂ ਹੈ ਹੋਰ ਗਲਤੀ ਹੋ ਗਈ ਸਾਥੋਂ ਵੀ ਇਹਦਾ ਗੱਲ ਸੋਚੀ ਨਹੀਂ ਅਸੀਂ ਤਾਂ ਵੀ ਅਸੀਂ ਸੋਚੀ ਨਹੀਂ ਦਿਮਾਗ ਲਾਈ ਨਹੀਂ ਹੈਗਾ ਅੱਗੇ ਤਾਂ ਨਹੀਂ ਬਈ ਅਸੀਂ ਇਹੀ ਜੀ ਗੱਲ ਤੁਸੀਂ ਦਿਮਾਗ ਦੀ ਗੱਲ ਬਾੜੀ ਨਹੀਂ ਕਿਤੇ ਕੁੱਕੜਾ ਮੂੰਹ ਲੜੀ ਗਈਆਂ ਜਾ ਕੇ ਬੇਬੇ ਕੋਲੇ ਜਾ ਕੇ ਕਹਿ ਦੋ ਮੈਂ ਤੂੰ ਗਲਤੀ ਅਸੀਂ ਨਾ ਤੈਨੂੰ ਗੋਹਾ ਚੱਕਣ ਦੀ ਹੈ ਬੈਠੇ ਰੋਟੀ ਦੇਵਾਂਗੇ ਉਹੀ ਤਾਂ ਗੱਲ ਹੈ ਲੈ ਬੇਬੇ ਤਾਂ ਸਾਡੇ ਥਵਾਕ ਦੇ ਵਾਸਤੇ ਵਿਚਾਰੀ ਗੋਹਾ ਚੱਕਣ ਨੂੰ ਤੇ ਰੋਟੀਆਂ ਪਕਾਉਣ ਨੂੰ ਤਿਆਰ ਹੋ ਗਈ ਅਸੀਂ ਆਪਣਾ ਹੁਣ ਕੰਮ ਕਰਨ ਦੇ ਯੋਗ ਹੈਗੇ ਅਸੀਂ ਉਹ ਕੰਮ ਕਰਨ ਪਿੱਸੀ ਲੜੀ ਜਾਂਦੇ ਜਵਾਕ ਦੇਖਣ ਦੇ ਜਵਾਕ ਸੁਣੋ ਵੀ ਇਹੀ ਹਾਲ ਹੋਊ ਫਿਰ ਇਹੀ ਹਾਲ ਤਾਂ ਸਾਡੇ ਨਾਲ ਹੋਣੀ ਸਾਡੇ ਨਾਲ ਤਾਂ ਹੋਊਗੀ ਹਾਂ ਅਸੀਂ ਤਾਂ ਫਿਰ ਉਹੀ ਗੱਲ ਬੇਬੇ ਦੀ ਸਿਆਣਫੀ ਰੋਲਤੀ ਜਾ ਕੇ ਬੇਬੇ ਦੇ ਪਰੀ ਹੱਥ ਲਾ ਦੋ ਕਹਿੰਦੇ ਅਸੀਂ ਬੇਬੇ ਤੈਨੂੰ ਹੱਥ ਨਹੀਂ ਕੰਮ ਦੇ ਲਾਉਣ ਦਿੰਦੇ ਜਾ ਕੇ ਕੰਮ ਕਰੋ ਦੋਨੇ ਜਾਣੀਆਂ ਹੋਰ ਉਹਦੀ ਕੀ ਉਮਰ ਹੈ ਹੁਣ ਕੰਮ ਕਰਨ ਦੀ ਇਹ ਤਾਂ ਗਲਤੀ ਬਹੁਤ ਵੱਡੀ ਕਰਦੀ ਇਸ ਤਾਂ ਬੇਬੇ ਦੀ ਸਿਆਣਪ ਦੀ ਕਦਰ ਹੀ ਨਹੀਂ ਕਰੀ ਹੈਗੀ ਬੇਬੇ ਸੱਚ ਤਾਂ ਬਹੁਤ ਵੱਡੀ ਗਲਤੀ ਹੋ ਗਈ ਅੱਜ ਤੋਂ ਬਾਅਦ ਅਸੀਂ ਕਦੇ ਨਹੀਂ ਲੜਦੀਆਂ ਹੈਗੀਆਂ ਅੱਜ ਤਾਂ ਤੇਰੀ ਸਿਆਣਫੀ ਰੋਲਤੀ ਸੀ ਬੇਬੇ ਖੜੀ ਹੋ ਬੇਬੇ ਹੁਣ ਤਾਂ ਭਾਂਡੇ ਨਹੀਂ ਮਾਂਜਣੇ ਹੈਗੇ ਤਾਂ ਅੱਜ ਤੋਂ ਕੋਈ ਕੰਮ ਨਹੀਂ ਕਰਨਾ ਆਪੇ ਕੰਮ ਕਰਿਆ ਕਰਾਂਗੇ ਅਸੀਂ ਹਾਂ ਜੇ ਤੂੰ ਸਾਨੂੰ ਇਕੱਠ ਦੇ ਵਾਸਤੇ ਐਡੀ ਉਹ ਕਰ ਸਕਦੀਆਂ ਕੁਰਬਾਨੀ ਗੋਆ ਸਿੱਟ ਸਕਦੀਆਂ ਤਾਂ ਅਸੀਂ ਫਿਰ ਕੰਮ ਕਿਉਂ ਨਹੀਂ ਕਰ ਸਕਦੀਆਂ ਹੈਗੀਆਂ ਅਸੀਂ ਰਲ ਮਿਲ ਕੇ ਕੰਮ ਕਰਿਆ ਕਰਾਂਗੇ ਰਲ ਮਿਲ ਕੇ ਰੋਟੀ ਟੁੱਕ ਬਣਾਇਆ ਕਰਾਂਗੇ ਰਲ ਮਿਲ ਕੇ ਗੋਆ ਸਿੱਟਿਆ ਕਰਾਂਗੇ ਹਾਂ ਅਸੀਂ ਵੀ ਤੇਰੇ ਵਾਂਗੂ ਸਿਆਣੀਆਂ ਬਣ ਕੇ ਦਿਖਾਵਾਂਗੇ ਬੇਬੇ ਠੀਕ ਹੈ ਸਰ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ ਤੁਸੀਂ ਜੁੜੋ ਜੀ ਪਿੰਡ ਲੋਕ ਬੀਬੀ ਕੱਤੀ ਦੇ ਨਾਲ ਜੀ ਕਮੈਂਟ ਅਤੇ ਲਾਇਕ ਅਤੇ ਸ਼ੇਅਰ ਕਰਨਾ ਜੀ ਸਬਸਕ੍ਰਾਈਬ ਕਰਨਾ ਚੈਨਲ ਜੀ ਥੋੜ੍ਹੀ ਦੱਬ ਵੱਧ ਰੱਖੋ ਇਸ ਪਾਸੇ ਤੁਹਾਡੇ ਵਾਸਤੇ ਚੰਗੇ ਚੰਗੇ ਵੀਡੀਓ ਲੈ ਕੇ ਆਵਾਂਗੇ ਜੀ ਇੱਕ ਕਮੈਂਟਾਂ ਦੇ ਵਿੱਚ ਆਪਣੇ ਪਿੰਡ ਦੇ ਨਾਂ ਦਾ ਪੂਰਾ ਪਤਾ ਦਿਆ ਕਰੋ ਜੀ ਫਿਰ ਉਸ ਹਿਸਾਬ ਨਾਲ ਅਸੀਂ ਤੁਹਾਡਾ ਜਾਣ ਪਛਾਣ ਥੋੜ੍ਹੀ ਵਧੇ ਜੀ ਅੱਗੇ ਹੁਣ ਆਈ ਕਮੈਂਟਾਂ ਦੇ ਬਾਰੇ ਜੀ ਹਾਂਜੀ ਸੁਖਪ੍ਰੀਤ ਕੌਰ ਹਰਪ੍ਰੀਤ ਕੌਰ ਹਰਦੀਪ ਸਿੱਧੂ ਗੁਰਜੀਤ ਸਿੱਧੂ ਸਿਮਰਨ ਏਕਮਪ੍ਰੀਤ ਗੁਰਮੁਖ ਬਰਾੜ ਜਗਤਾਰ ਸਿੰਘ ਮਨਜੋਤ ਸਿੰਘ ਹਾਂਜੀ ਜਿਨ੍ਹਾਂ ਵੀਰਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਉਹਨਾਂ ਦਾ ਧੰਨਵਾਦ ਜੀ ਸਾਨੂੰ ਅੱਗੇ ਤੋਂ ਵੀ ਸੋਹਣੇ ਸੋਹਣੇ ਕਮੈਂਟ ਇਸੇ ਤਰ੍ਹਾਂ ਕਰਦੇ ਰਹੋ ਅਸੀਂ ਤੁਹਾਨੂੰ ਸੋਹਣੀਆਂ ਸੋਹਣੀਆਂ ਵੀਡੀਓਆਂ ਦਿਖਾਉਂਦੇ ਰਹਾਂਗੇ ਧੰਨਵਾਦ ਜੀ